ਜ਼ਿਲ੍ਹਾ ਗੁਰਦਾਸਪੁਰ ਦੇ ਨੇੜੇ ਕਸਬਾ ਦੀਨਾਨਗਰ ਦੇ ਨਜ਼ਦੀਕੀ ਪਿੰਡ ਮਸਰਾਲਾ ਨੇੜੇ ਮਿਆਨੀ ਝਮੇਲਾਂ ਵਿੱਚ ਗੁੱਜਰ ਸਿਮਰੂਦੀਨ ਦੇ ਕੁੱਲੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਉਹਨਾਂ ਦਾ ਕੁੱਲੀ ਵਿੱਚ ਰੱਖਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ, ਪਰ ਦੇਖਦੇ ਹੀ ਦੇਖਦੇ ਸਾਰੀ ਦੀ ਸਾਰੀ ਕੁੱਲੀ ਅਤੇ ਪਰਾਲੀ ਸੜ ਕੇ ਸਵਾਹ ਹੋ ਗਈ, ਜਿਸ ਕਾਰਨ ਗੁੱਜਰ ਸਿਮਰੂਦੀਨ ਦਾ 10 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ। ਪੀੜਤ ਅਨੁਸਾਰ ਤਿਲ ਤਿਲ ਕਰਕੇ ਉਸਨੇ ਨਗਦੀ ਅਤੇ ਗਹਿਣੇ ਬਣਾਏ ਸੀ। ਘਟਨਾ ਬਾਰੇ ਦੱਸਦੇ ਸਿਮਰੂਦੀਨ ਫੁੱਟ ਫੁੱਟ ਕੇ ਰੋਣ ਲੱਗ ਪਿਆ। ਸਿਮਰੂਦੀਨ ਮੁਤਾਬਕ ਪੇਟੀ ਦੇ ਵਿੱਚ ਪਏ 4 ਲੱਖ ਰੁਪਏ ਦੀ ਨਗਦੀ ਅਤੇ 4 ਲੱਖ ਦੇ ਹੀ ਗਹਿਣੇ ਅਤੇ ਘਰ ਦਾ ਹੋਰ ਸਮਾਨ ਸੜ ਕੇ ਸਵਾਹ ਹੋ ਗਿਆ ਹੈ ਅਤੇ 2 ਲੱਖ ਰੁਪਏ ਦੀ ਪਰਾਲੀ ਵੀ ਸੜ ਗਈ ਹੈ। ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ, ਤਦ ਤੱਕ ਸਾਰਾ ਸਮਾਨ ਅਤੇ ਕੁੱਲੀ ਸੜ ਕੇ ਸਵਾਹ ਹੋ ਚੁੱਕੀ ਸੀ। ਸਰ, ਮੇਰਾ ਨਾਮ ਸੁਰਮੂ ਹੈ। ਸਰ, ਅਸੀਂ ਅੰਦਰ ਸੁੱਤੇ ਸੀ, ਡੰਗਰਾਂ ਨੂੰ ਚਰਾ ਚਰੂ ਕੇ ਉੱਧਰੋਂ ਲਿਆ ਕੇ ਅਤੇ ਅੰਦਰ ਸੁੱਤੇ ਸੀ, ਅਤੇ ਸਾਨੂੰ ਸਰ ਕੋਈ ਪਤਾ ਨਹੀਂ ਚੱਲਿਆ ਕਿ ਕਿੱਧਰੋਂ ਅੱਗ ਆ ਗਈ ਹੈ। ਸਾਡੇ ਪਿੰਡ ਦੇ ਬੱਚਿਆਂ ਨੇ ਸਾਨੂੰ ਆ ਕੇ ਨਾ ਜਗਾਇਆ, ਸਾਡੇ ਬੱਚੇ ਬੱਚੇ ਅਸੀਂ ਬਾਹਰ ਕੱਢਿਆ, ਸਾਨੂੰ ਕੋਈ ਪਤਾ ਨਹੀਂ ਲੱਗਾ ਕਿੱਦਾਂ ਅੱਗ ਆ ਗਈ। ਸਰ, ਸਾਡਾ ਨੁਕਸਾਨ ਬੜਾ ਹੋ ਗਿਆ ਜੀ। 4 ਲੱਖ ਰੁਪਈਆ ਨਗਦੀ ਸੀ, 4 ਲੱਖ ਦੇ ਗਹਿਣੇ ਸੀ ਸਰ, ਬਾਕੀ 3 ਕੁ ਲੱਖ ਦੀ ਪਰਾਲੀ ਸੀ ਸਰ। ਸਰ, ਜੋ ਭਾਂਡਾ ਟੀਂਡਾ ਸਾਰਾ ਹੀ ਸਰ ਅੰਦਰ ਜੋ ਉਹਦੀ ਸਮਾਨ ਹੈ ਸਾਰਾ ਸਰ ਜਲ ਕੇ ਰਾਖ ਹੋ ਗਿਆ ਸਰ, ਸਾਡੇ ਹੱਥ ਕੁਛ ਨਹੀਂ ਆਇਆ ਸਰ। ਪਿੰਡ ਵਾਲੇ ਬਥੇਰੀ ਮਦਦ ਕੀਤੀ, ਫਿਰ ਕੁਛ ਬਚਿਆ ਨਹੀਂ, ਅੱਗ ਬੜੀ ਜ਼ੋਰ ਨਾਲ ਆਈ। ਅਸੀਂ ਬੱਚੇ ਮਾਲ ਆਪਣੇ ਜਾਨਵਰ ਅਸੀਂ ਬੜੇ ਜ਼ੋਰ ਨਾਲ ਪਿੰਡ ਵਾਲਿਆਂ ਨੇ ਬਚਾਇਆ, ਬੱਚੇ ਅਸੀਂ ਬੜੀ ਮੁਸ਼ਕਿਲ ਨਾਲ ਕੱਢੇ ਬਾਹਰ ਸਰ। ਨਹੀਂ ਸਰ, ਜਾਨਵਰ ਬਚ ਗਏ, ਜਾਨਵਰ ਦਾ ਨੁਕਸਾਨ ਕੋਈ ਨਹੀਂ ਹੋਇਆ ਸਰ। ਕੀ ਮੰਗ ਕਰਦੇ ਸਰਕਾਰ? ਸਰ, ਸਰਕਾਰ ਮੰਗ ਸਰ ਸਾਹਮਣੀ ਹੈ, ਗਰੀਬ ਬੰਦੇ ਆ ਸਰ, ਘਰੋਂ ਬੇਘਰ ਹੋ ਗਿਆ ਸਰ, ਸਾਨੂੰ ਤੇ ਸੌਣ ਵਾਸਤੇ ਵੀ ਕੁਛ ਨਹੀਂ ਹੈ, ਰਾਤ ਨੂੰ ਸਰ ਸਾਡੇ ਮੰਜੇ ਮੁੰਜੇ ਸਭ ਕੁਛ ਨੁਕਸਾਨ ਹੋ ਗਿਆ।